बहुत बढ़िया। बस मैं क्या जिन्हिया में देखा मूवी सब तो बढ़िया, मैं मतलब बहुत बढ़िया लगी। मूवी बात माल है, बहुत अच्छी मूवी है। राणा रणवीर साहब खान मुबार का बहुत अच्छी एक्टिंग की थी उन्होंने, और बड़ी छोटी जी और बड़ा वाला उन्होंने मैसेज दिता है, बट वो साढ़े दिमाग च कि रहा है, रूम तो बाहर निकलते हैं, मैं लगता वो खत्म नहीं होना चाहिए। इस तरह दूविया सिर्फ देख के उत्थे ही इस कमरे में छड़ नहीं देनियां चाहिदियां, इन्हां नूं अगे ले जा के पंजाब विच अमेरिका कनेडा ज़्यादातर अपने अमेरिका कनेडा जा इत्थे बाहरले मुल्कां विचों ये चीज़ां इंडिया नूं जांदियां, उत्थे भी आपां नूं इस चीज़ का प्रचार करना चाहिए। पे जो भी ये कुछ हो रहा ये गलत हो रहा, ते जो मैं थिएटर का एक एंगल देखा तो जो फेमिनन चीज़ है पहली चीज़ कि कूड़े चीज़ आई कूड़े चो गई तो कूड़े चली गई, साड़ी जो मोरालिटी है जिहड़ी बाहर जिन्नी आपां सोशल स्ट्रक्चर क्रिएट किया उहदे थिल जो थले जो बिहाइंड जो एक्चुअल सबसटेंस है वो जिहड़ा है वो असी इग्नोर कर रहे हैं निगलैक्ट कर रहे हैं। सो ये slightly different angle के actually जो जो बच्ची है बच्ची represent कर रही है साड़ी morality नूं society दी sensitivity नूं, ते जो बंदा उसनूं पालदा पिया है वो भावें रब दा रूप है वो जो चीज़ कर रहा है लोकां नूं दिख रहा है आस पास सारे देख रहे ने जानते ने करते ने पर चुप ने। सो किते जो चीज़ एक आवाज है वो महज कुड़ियां ली नहीं पर इसलिए भी है कि तुसी आप दी सेंसिटिविटी जो तुहाडा इनर कंपैशन है ह्यूमैनिटी है वो जागृत रखोगे ता ही सोसाइटी का विकास है, अदरवाइज नहीं। और इहदे च जिहड़ा जो जो सिनेमैटोग्राफी है वो बहुत अच्छी है क्योंकि तुसी लो बजट विच आम जे कैमरा मोड़े दे चुके हो तुसी रिकॉर्डिंग करते हो इस सीन नूं कैप्चर करना और बाद चो तुसी पिछे म्यूजिक पाने हो सीन नूं कैप्चर करन लई आम सीन नूं कैप्चर करन लई जिस तरह नाल कैमरा वर्क किया गया दैट इज वेरी इंप्रेसिव। सत श्री अकाल जी सारिआं नूं, अज मूवी देखी राणे रणवीर भाई दी, भाई मिंटू प्राण लेके आए उन्होंने डायरेक्टर नूं बहुत बधाईआं जी, ते मूवी देखी जी कमाल दी मूवी है, इतों वधिया मूवी मैं अज दी जिंदगी च कदे मूवी नहीं देखी, बेस्ट काम कीता जी, इन्ना वधिया मैसेज है भी तुसीं पैसे खर्च के ਤੁਸੀਂ ਸਿਨੇਮਿਆਂ ਦੇ ਵਿੱਚ ਜਾਂਦੇ ਹੋ ਦੋ ਮਿੰਟ ਹੱਸ ਕੇ ਮੁੜੇ ਆਉਂਦੇ ਹੋ ਪਰ ਕੋਈ ਮੈਸੇਜ ਨਹੀਂ ਹੁੰਦਾ, ਪਰ ਤੁਸੀਂ ਇੱਕ ਵਾਰੀ ਇਹ ਕੂੜੇਦਾਨ ਦੀ ਜਾਈ ਮੂਵੀ ਜੇ ਤੁਸੀਂ ਦੇਖ ਲਈ ਨਾ ਇੱਕ ਵਾਰੀ ਤੁਸੀਂ ਭੁੱਲ ਜਾਓਗੇ ਸਾਰਾ ਕੰਮ ਵੀ ਇਦੋਂ ਵੀ ਉੱਤੇ ਵੀ ਕੰਮ ਹੈਗਾ, ਅਤੇ ਮੈਸੇਜ ਉਹਦੇ ਵਿੱਚ ਇੰਨਾ ਵਧੀਆ ਜੀ ਮੈਂ ਤਾਂ ਇਹ ਚਾਹੂੰਗਾ ਵੀ ਇਹ ਮੂਵੀ ਤੁਸੀਂ ਹੋਰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਦਿਖਾਓ ਅਤੇ ਉਹਦੇ ਵਿੱਚ ਇੰਨਾ ਵਧੀਆ ਕੰਮ ਹੈ, ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਇੱਕ ਵਾਰੀ ਫੇਰ, ਅਤੇ ਬਹੁਤ ਵਧੀਆ ਮੂਵੀ ਹੈ ਜੀ ਤੁਸੀਂ ਦੇਖੋ ਅਤੇ ਹੋਰਾਂ ਨੂੰ ਵੀ ਦਿਖਾਓ, ਧੰਨਵਾਦ ਜੀ। ਵਧੀਆ ਮੂਵੀ ਹੈ, ਵਧਾਈ ਦੇਵਾਂਗਾ ਨਵਤੇਜ ਸੰਧੂ ਜੀ ਨੂੰ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਇੱਥੇ ਨੂਰਾਂ ਅਤੇ ਕੰਮ ਦੀ ਜਿਹੜੀ ਮੂਵੀ ਸੀਗੀ ਸਾਡੇ ਤੱਕ ਪਹੁੰਚਾਈ ਇੱਥੇ, ਬਹੁਤ ਵਧੀਆ ਮੂਵੀ ਹੈ ਜੀ, ਬਹੁਤ ਵਧੀਆ ਲੜਕੀਆਂ ਦੇ ਬਾਰੇ ਜਿਹੜਾ ਦੱਸਿਆ ਗਿਆ ਭਰੂਣ ਹੱਤਿਆ ਦੇ ਖਿਲਾਫ ਜਿਹਦੇ ਵਿੱਚ ਕੱਲ੍ਹ ਜ਼ਿਆਦਾ ਵਧੀਆ ਕੰਟੈਕਟ ਰੋਕਣ ਦੇ ਲਈ ਅਵੇਅਰਨੈਸ ਦੇ ਲਈ ਬਹੁਤ ਵਧੀਆ ਮੂਵੀ ਹੈ, ਦੇਖ ਬਹੁਤ ਵਧੀਆ ਲੱਗਿਆ। ਮੈਂ ਮੂਵੀ ਦਾ ਜੋ ਮੈਸੇਜ ਆਈ ਬਿਲਕੁਲ ਬਹੁਤ ਵਧੀਆ ਅਤੇ ਡਿਫਰੈਂਟ ਰਹੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਪਹਿਲਾਂ ਤਾਂ ਜੀ ਮੈਂ ਵਧਾਈ ਦਿੰਦਾ ਨਵਤੇਜ ਸੰਧੂ ਡਾਇਰੈਕਟਰ ਨੂੰ ਅਤੇ ਰਾਣਾ ਰਣਵੀਰ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਮੈਸੇਜ ਪਹੁੰਚਾਇਆ ਸਾਡੇ ਤੱਕ, ਅਤੇ ਦੂਸਰਾ ਭਾਈ ਮਿੰਟੂ ਬਰਾੜ ਦਾ, ਮਨਪ੍ਰੀਤ ਸਿੰਘ ਢੀਂਡਸੇ ਦਾ ਜਿਨ੍ਹਾਂ ਨੇ ਅੱਜ ਇਹ ਵੀ ਸਾਨੂੰ ਮੌਕਾ ਦਿੱਤਾ ਹੈ ਮੂਵੀ ਦੇਖਣ ਦਾ, ਅਸੀਂ ਪਹੁੰਚੇ ਹਾਂ ਇੱਥੇ। ਸੋ ਜੀ ਦੂਸਰਾ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸ਼ੁਰੂ 'ਚ ਰਾਣਾ ਰਣਵੀਰ ਜੀ ਉਹ ਬੋਲਦਾ ਹੈ ਉਸ ਬੱਚੀ ਨੂੰ ਲੈ ਕੇ ਕਿ ਉੱਤੇ ਤੁਸੀਂ ਪਾਲ ਲੈਂਦੇ ਹੋ ਇੱਕ ਧੀ ਨਹੀਂ ਪਲਦੀ ਗੀ, ਬਿਲਕੁਲ ਜੀ ਇਹੀ ਅੱਜ ਕੱਲ੍ਹ ਵੀ ਜਿਹਾ ਹੋ ਰਿਹਾ ਵੀ ਅਸੀਂ ਇੰਨਾ ਅੱਗੇ ਜਾ ਰਹੇ ਹਾਂ ਇੰਡੀਆ ਦੇ ਵਿੱਚ ਪਰ ਬਿਲਕੁਲ ਅਜੇ ਸਾਡੀ ਸੋਚ ਜੋ ਇੰਡੀਆ ਦੇ ਵਿੱਚ ਆ ਕੁਝ ਲੋਕਾਂ ਦੀ ਸੋਚ ਉੱਥੇ ਹੀ ਖੜੀ ਆ, ਹਾਲਾਂਕਿ ਉਹ ਚੰਗੀ ਭਲੇ ਪਾਤੀ ਜਾਣਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਲੜਕੀ ਲਈ ਇੱਕ ਆਜ਼ਾਦੀ ਕਾਫੀ ਟਾਈਮ ਪਹਿਲਾਂ ਤੋਂ ਦੇ ਚੁੱਕੇ ਆ। ਸੋ ਬਹੁਤ ਬਹੁਤ ਵਧੀਆ ਫਿਲਮ ਹੈ ਜੀ, ਇਹ ਬਹੁਤ ਵਧੀਆ ਮੈਸੇਜ ਆ, ਅਤੇ ਮੈਂ ਸਾਰਿਆਂ ਨੂੰ ਵੀ ਰਿਕੁਐਸਟ ਕਰਦਾ ਕਿ ਜੋ ਵੀ ਦੇਖਣਾ ਇਸ ਮੂਵੀ ਨੂੰ ਅੱਗੇ ਤੋਂ ਵੱਧ ਤੋਂ ਵੱਧ ਦਿਖਾਉਣ, ਧੰਨਵਾਦ ਜੀ। ਬਹੁਤ ਅੱਛਾ ਮੈਸੇਜ ਹੈਗਾ ਜੀ ਇਹਦੇ ਵਿੱਚ, ਅਸੀਂ ਇੰਨੇ 21ਵੀਂ ਸਦੀ 'ਚ ਆ ਕੇ ਵੀ ਸਾਡੀ ਮੈਂਟੈਲਿਟੀ ਉੱਦਾਂ ਹੀ ਹੈ ਕਿ ਅਸੀਂ ਅੱਜ ਵੀ ਕੁੜੀਆਂ ਨੂੰ ਜਿਹੜਾ ਹੈ ਕਿ ਉਹ ਰਿਸਪੈਕਟ ਨਹੀਂ ਦੇ ਪਾ ਰਹੇ ਜੋ ਸਾਨੂੰ ਦੇਣੀ ਚਾਹੀਦੀ ਹੈ, ਅਤੇ ਸਾਨੂੰ ਇਹ ਕੁੜੀਆਂ ਨੂੰ ਮੁੰਡਿਆਂ ਬਰਾਬਰ ਹੀ ਦਰਜਾ ਦੇਣਾ ਚਾਹੀਦਾ ਹੈ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਐਡਲੇਡ ਦੇ ਵਿੱਚ ਡੋਟਰ ਆਫ ਦ ਬਿਨ ਮੂਵੀ ਵੇਖਣ ਦਾ ਮੌਕਾ ਮਿਲਿਆ ਉਹਦੇ ਬਾਰੇ ਮੈਂ ਕੁਛ ਅੱਗੇ ਰਿਵਿਊਜ਼ ਦੇਣੇ ਚਾਹੂੰਗਾ ਬਹੁਤ ਵਧੀਆ ਮੂਵੀ ਹੈ ਜੀ ਬਹੁਤ ਇੱਕ ਚੰਗਾ ਅਤੇ ਇੰਪੋਰਟੈਂਟ ਮੈਸੇਜ ਲੈ ਕੇ ਆਈ ਆ ਆਪਣੇ ਸਾਰਿਆਂ ਲਈ ਇਹੋ ਜਿਹੀਆਂ ਮੂਵੀਜ਼ ਦੀ ਸਮਾਜ ਨੂੰ ਬਹੁਤ ਲੋੜ ਆ ਇਹੋ ਜਿਹੀਆਂ ਮੂਵੀਜ਼ ਬਣਦੀਆਂ ਰਹਿਣੀਆਂ ਚਾਹੀਦੀਆਂ ਅਤੇ ਸਾਡੇ ਵੱਲੋਂ ਹਮੇਸ਼ਾ ਇਸ ਟਾਈਪ ਦੀ ਮੂਵੀਜ਼ ਨੂੰ ਸਪੋਰਟ ਮਿਲੂਗੀ ਸਾਡੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਊਗਾ ਸੋ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਕਿ ਇਹ ਮੂਵੀ ਨੂੰ ਜ਼ਰੂਰ ਦੇਖੋ ਅਤੇ ਆਪਦੀ ਫੈਮਿਲੀ ਨੂੰ ਆਪਦੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦਿਖਾਓ ਅਤੇ ਇਹ ਮੂਵੀ ਦੇ ਵਿੱਚ ਜਿਹੜਾ ਮੈਸੇਜ ਦਿੱਤਾ ਹੋਇਆ ਉਹਨੂੰ ਸਮਾਜ ਦੇ ਵਿੱਚ ਫੈਲਾਉਣ ਦੀ ਆਪਾਂ ਕੋਸ਼ਿਸ਼ ਕਰੀਏ ਤਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਗਲਤ ਗੱਲਾਂ ਹੋ ਰਹੀਆਂ ਉਹਨਾਂ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਮੂਵੀ ਨੂੰ ਦੇਖ ਕੇ ਇੰਨਾ ਇਮੋਸ਼ਨਲ ਹੋ ਗਿਆ ਕਿ ਮੈਂ ਬੈਠਾ ਬੈਠਾ ਮੇਰੀਆਂ ਅੱਖਾਂ 'ਚੋਂ ਅੱਥਰੂ ਗਏ ਇੱਕ ਪਾਸੇ ਮੈਂ ਸੋਚ ਰਿਹਾ ਸੀ ਮੈਂ ਕਿ ਮੈਂ ਮਿੰਟੂ ਜੀ ਹੁਣਾਂ ਦਾ ਧੰਨਵਾਦ ਕਰਾਂ ਕਿ ਉਹਨਾਂ ਨੇ ਉਪਰਾਲਾ ਐਡਾ ਵੱਡਾ ਕੀਤਾ ਸਾਨੂੰ ਇਹ ਚੀਜ਼ਾਂ ਅੱਜ ਦਿਖਾਈਆਂ ਇੱਥੇ ਕੀ ਸਾਡੇ ਸਮਾਜ ਦੇ ਵਿੱਚ ਅੱਜ ਧੀਆਂ ਦਾ ਕੀ ਉਹਨਾਂ ਨੂੰ ਦਰਜਾ ਦਿੱਤਾ ਜਾਂਦਾ ਕੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਕਿਵੇਂ ਆਪਾਂ ਕਿਉਂਕਿ ਸਾਡੀ ਇੱਕ ਜਿਹੜੀ ਧੀ ਹੈ ਉਹੀ ਸਾਨੂੰ ਇੱਕ ਸਿਰਜਣਹਾਰ ਆ ਜਿਹੜੀ ਮੇਰੀ ਮਾਂ ਹੈ ਉਹ ਵੀ ਕਿਸੇ ਦੀ ਧੀ ਸੀ ਇਹ ਫਿਲਮ ਵੇਖਣ ਦਾ ਸਵਾਦ ਤਾਂ ਹੀ ਹੈ ਵਧੀਆ ਕਹਿਣ ਦਾ ਸਵਾਦ ਤਾਂ ਹੀ ਹੈ ਇੱਥੇ ਅੱਖਾਂ 'ਚੋਂ ਅੱਥਰੂ ਕੱਢਣ ਦਾ ਸਵਾਦ ਤਾਂ ਹੀ ਹੈ ਜੇ ਤੁਸੀਂ ਇਹਨੂੰ ਘਰ ਤੱਕ ਨਾਲ ਲੈ ਕੇ ਜਾਓਗੇ ਅਤੇ ਜਦੋਂ ਘਰੋਂ ਬਾਹਰ ਨਿਕਲੋਗੇ ਫਿਰ ਵੀ ਨਾਲ ਰੱਖੋਗੇ ਬਹੁਤ ਕੁਛ ਦੇਖਿਆ ਜਿੱਦਾਂ ਉਹਦੇ ਫਿਲਮ ਵਿੱਚ ਦਿਖਾਇਆ ਗਿਆ ਬੱਚੀ ਨੂੰ ਬੜਾ ਜਿੱਦਾਂ ਉਹ ਕੂੜੇਦਾਨ 'ਚੋਂ ਚੱਕਦਾ ਹੈ ਅਤੇ ਬਾਅਦ 'ਚ ਉਹ ਜੋ ਇੱਦਾਂ ਪਾਲਣ ਪੋਸ਼ਣ ਉਹ ਕਰਦਾ ਹੈ ਇੱਕ ਗਰੀਬ ਇਨਸਾਨ ਆਪਣੀ ਕਿਰਤ ਕਰਨੀ ਚਾਹੁੰਦਾ ਲੇਕਿਨ ਰੋਟੀ ਬਣਾ ਕੇ ਖਿਲਾਉਣੀ ਚਾਹੁੰਦਾ ਸੀ ਲੇਕਿਨ ਉਹ ਵੀ ਉਹਨੂੰ ਰੋਕਿਆ ਗਿਆ ਵੀ ਨਹੀਂ ਤੂੰ ਮੰਗਣ ਵਾਲੀ ਹੈ ਅਤੇ ਮੰਗਣਾ ਹੀ ਪੈਣਾ ਤੈਨੂੰ ਹਾਂ ਸਾਥੀ ਵੈਸੇ ਮੈਂ ਜਿੱਥੋਂ ਇਹ ਫਿਲਮ ਦਾ ਅਨੁਭਵ ਕੀਤਾ ਜਾਂ ਇਹਨੂੰ ਜਾਂਚਿਆ ਦੇਖਿਆ ਇਹਦੇ 'ਚ ਕਾਫੀ ਪਹਿਲੂਆਂ ਨੂੰ ਛੋਇਆ ਗਿਆ ਸਿਆਸਤ ਨੂੰ ਵੀ ਛੋਇਆ ਗਿਆ ਜੋ ਆਪਣੇ ਦੇਸ਼ ਦੀ ਸਿਆਸਤ ਚੱਲ ਰਹੀ ਹੈ ਕਿਵੇਂ ਸਾਡੇ ਲੀਡਰ ਕਰਦੇ ਨੇ ਗਰੀਬ ਲੋਕਾਂ ਦੇ ਨਾਲ ਦੂਸਰਾ ਪੁਲਿਸ ਨੂੰ ਵੀ ਸ਼ੋਅ ਕੀਤਾ ਹੈ ਕਿ ਪੁਲਿਸ ਜੁਰਮਾਨਾ ਨੀਤੀ ਕਿਵੇਂ ਗਰੀਬਾਂ ਨਾਲ ਧੱਕਾ ਕਰਦੀ ਹੈ ਐਕਚੁਅਲੀ ਹੋ ਵੀ ਰਿਹਾ ਮੈਂ ਇਹ ਕਹੂੰਗਾ ਵੀ ਅੱਗੇ ਤੋਂ ਅੱਜ ਇਹ ਕੂੜੇਦਾਨ ਦੀ ਬੱਚੀ ਬਣੀ ਹੈ ਇੱਦਾਂ ਦੇ ਬਹੁਤ ਟੌਪਿਕ ਆ ਹਲੇ ਬਹੁਤ ਕੁਛ ਹੋਰ ਵੀ ਬਣੂਗਾ ਅੱਗੇ ਤੋਂ ਜਾ ਕੇ ਅਸੀਂ ਦੇਖਦੇ ਜਾਊਂਗੇ ਕਿਉਂਕਿ ਬਹੁਤ ਕੁਛ ਹੋਣਾ ਪਿਆ ਹਲੇ ਪਰ ਮੈਂ ਇਹ ਆਸ ਕਰਦਾ ਕਿ ਅੱਜ ਅਸੀਂ ਇਹ ਕੂੜੇਦਾਨ ਦੀ ਬੱਚੀ ਦੇਖ ਕੇ ਅੱਜ ਇਹ ਪ੍ਰਣ ਕਰੀਏ ਕਿ ਅੱਗੇ ਤੋਂ ਇੱਦਾਂ ਦੀ ਕੋਈ ਮੂਵੀ ਨਾ ਬਣੇ ਕਹਿਣ ਦਾ ਮਤਲਬ ਕਿ ਅਸੀਂ ਇਹੋ ਜਿਹਾ ਮਾਹੌਲ ਹੀ ਨਾ ਸਿਰ ਕ੍ਰੀਏਟ ਕਰੀਏ ਕਿ ਲੋਕਾਂ ਨੂੰ ਇਹੋ ਜਿਹੀਆਂ ਮੂਵੀਆਂ ਬਣਾਉਣ ਬਾਰੇ ਸੋਚਣਾ ਪਵੇ ਮੂਵੀ ਕੁਆਲਿਟੀ ਪੱਖੋਂ ਐਕਟਿੰਗ ਪੱਖੋਂ ਬਹੁਤ ਵਧੀਆ ਆ ਪਰ ਮੂਵੀ ਬਣੀ ਕਿਉਂ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਫਿਲਮ ਦੇ ਸਟਾਰਟਿੰਗ ਦੇ ਵਿੱਚ ਇੱਕ ਡਾਇਲੋਗ ਪਾਤਰ ਦੁਆਰਾ ਬੋਲਿਆ ਗਿਆ ਕਿ ਇਹ ਡਸਟਬਿਨ 'ਚ ਪਈ ਕਿਸੇ ਇਨਸਾਨ ਦਾ ਹੀ ਬੱਚਾ ਹੋਣਾ ਚਿੜੀਆਂ 'ਚ ਨੋਰਾ ਤਾਲ ਨਹੀਂ ਰੱਖਦੀਆਂ ਉਹ ਟੁੰਬ ਜਾਂਦਾ ਵੀ ਸਾਡੀਆਂ ਮਾਨਵੀ ਕਦਰਾਂ ਕੀਮਤਾਂ ਇੰਨੀਆਂ ਗਿਰ ਚੁੱਕੀਆਂ ਵੀ ਅਸੀਂ ਆਪਦੇ ਵੋਟਾਂ ਵਰਗੇ ਬੱਚਿਆਂ ਨੂੰ ਇੱਕ ਪਾਸੇ ਤਾਂ ਬੱਚਿਆਂ ਵਾਸਤੇ ਦਿਨ ਮਤਲਬ ਅਰਦਾਸਾਂ ਕੀਤੀਆਂ ਜਾਂਦੀਆਂ ਵੱਡੇ ਵੱਡੇ ਹੋਸਪਿਟਲ ਖੋਲ੍ਹੇ ਗਏ ਨੇ ਬੱਚੇ ਲੈਣ ਵਾਸਤੇ ਅਤੇ ਇੱਕ ਪਾਸੇ ਜੇ ਬੱਚਾ ਹੈਗਾ ਤਾਂ ਅਸੀਂ ਉਹਨੂੰ ਸਿਰਫ ਇਸ ਕਰਕੇ ਦੂਰ ਸੁੱਟ ਰਹੇ ਆਪਣੇ ਤੋਂ ਵੀ ਸਮਾਜਿਕ ਲਿੰਗ ਅਸਮਾਨਤਾ ਸਾਨੂੰ ਪਰੇਸ਼ਾਨ ਕਰ ਰਹੀ ਹੈ ਜਾਂ ਹੋਰ ਵੀ ਕਾਰਨ ਹੋ ਸਕਦੇ ਨੇ ਇਹ ਬਹੁਤ ਵੱਡਾ ਅਤੇ ਸਭ ਤੋਂ ਵੱਡਾ ਜਿਹੜਾ ਬੇਸ਼ੱਕ ਉਹ ਥਾਣੇਦਾਰ ਦੇ ਰੂਪ 'ਚ ਸੀ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਵੀ ਦਰਸਾਇਆ ਗਿਆ ਕਿ ਪਹਿਲਾਂ ਸਫਾਈ ਸੀ ਅਤੇ ਹੌਲੀ ਹੌਲੀ ਪ੍ਰਮੋਟ ਹੋ ਕੇ ਜਿਵੇਂ ਜਿਵੇਂ ਕੁੜੀ ਵੱਡੀ ਹੋਈ ਤਾਂ ਉਹ ਵੀ ਹੌਲਦਾਰ ਬਣ ਗਿਆ ਇੱਕ ਪੁੱਤਰੇ ਹੋਏ ਸਾਂਢ ਵਾਂਗ ਸਾਡਾ ਸਿਸਟਮ ਉਹ ਥਾਣੇਦਾਰ ਨਹੀਂ ਸੀ ਉਹ ਸਿਸਟਮ ਸੀ ਸਿਸਟਮ ਦੇ ਸਾਹਮਣੇ ਜਦੋਂ ਉਹ ਪਾਤਰ ਗੱਲ ਕਰਦਾ ਨਾ ਜਦੋਂ ਉਹ ਆ ਕੇ ਬੁੱਤ ਬਣਾਇਆ ਹੁੰਦਾ ਉਹਨੂੰ ਆ ਕੇ ਉਹ ਗੱਲ ਕਰਦਾ ਵੀ ਇਹ ਇਹ ਗੁੰਗੀ ਇਹ ਤੋਂ ਰੋਣਾ ਵੀ ਭੁੱਲ ਗਈ ਉਹ ਬਹੁਤ ਵੱਡੀ ਚੋਟ ਹੈ ਸਾਡੇ ਸਿਸਟਮ 'ਤੇ ਜਿਹੜਾ ਹੇਠਲਾ ਤਬਕਾ ਹੈ ਗਰੀਬਾਂ ਗਰੀਬੀ ਦੇ ਵਿੱਚ ਕੁਚਲਿਆ ਹੋਇਆ ਉਹ ਗੁੰਗਾ ਹੈ ਬੋਲ ਨਹੀਂ ਸਕਦਾ ਉਹਨੂੰ ਬੋਲਣ ਦੀ ਹਿੰਮਤ ਹੀ ਨਹੀਂ ਹੈਗੀ ਉਹਦੇ ਕੋਲ ਬਿਲਕੁਲ ਉਹਦੀ ਜ਼ੁਬਾਨ ਚੁੱਪ ਹੋ ਚੁੱਕੀ ਹੈ ਅਤੇ ਹੋਰ ਤਾਂ ਹੋਰ ਉਹਦੀਆਂ ਅੱਖਾਂ 'ਚੋਂ ਉੱਥੇ ਸੁੱਕ ਚੁੱਕੇ ਨੇ ਕਿੰਨਾ ਕੁ ਰੋਏਗਾ ਇਨਸਾਨ ਇਸ ਪੁੱਤਰੇ ਹੋਇਆ ਸਾਂਢ ਵਾਂਗ ਜਿਹੜਾ ਸਿਸਟਮ ਹੈ ਉਹ ਸਾਰਾ ਇੰਨੀ ਬੁਰੀ ਤਰ੍ਹਾਂ ਗਲਤਾਨ ਹੋ ਚੁੱਕਿਆ ਸੋ ਮੈਂ ਸਮਝਦਾ ਮਿੰਟੂ ਜੀ ਹੁਣਾਂ ਨੇ ਇਹ ਸਾਰਿਆਂ ਦੇ ਸਾਹਮਣੇ ਵਿਖਾ ਕੇ ਕਿਤੇ ਨਾ ਕਿਤੇ ਸਾਡੇ ਉਹ ਜਿਹੜਾ ਜ਼ਮੀਰ ਕਿਤੇ ਨਾ ਕਿਤੇ ਜਿਹਨੂੰ ਅਸੀਂ ਖਾਬੂਆਂ ਦੀ ਵਿੱਚ ਮਤਲਬ ਨਾ ਆਪਦੇ ਮਤਲਬ ਕਿ ਕਿਤੇ ਚੁੱਪ ਕਰਕੇ ਬਿਠਾਇਆ ਬੈਠਾ ਤੂੰ ਤੇਰੀ ਲੋੜ ਨਹੀਂ ਹੈਗੀ ਅਜੇ ਤਾਂ ਮੈਨੂੰ ਇੰਜੋਏ ਕਰਨ ਦੇ ਲਾਈਫ ਨੂੰ ਉਹਨੂੰ ਟੁੰਬਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵਧਾਈ ਦੇ ਪਾਤਰ ਹੋ ਜਨਾਬ ਸੰਧੂ ਸਾਹਿਬ ਰਾਣਾ ਸਾਹਿਬ ਉਹਨਾਂ ਦੀ ਐਕਟਿੰਗ ਉਹਨਾਂ ਦਾ ਜਿਹੜਾ ਡਾਇਰੈਕਸ਼ਨ ਉਹ ਸਾਰਾ ਇੱਕ ਇੱਕ ਚੀਜ਼ ਸਲਾਹੁਣ ਯੋਗ ਸੀ ਵੀ ਸਾਰਿਆਂ ਨੂੰ ਮੈਨੂੰ ਇਹ ਲੱਗਦਾ ਵੀ ਮੈਨੂੰ ਬਹੁਤ ਇਹਨੇ ਟੁੰਬਿਆ ਇਸ ਮੂਵੀ ਨੇ ਸੋ ਸ਼ੁਕਰੀਆ ਜੀ
सो अज यह फिल्म देखने पहुंचिया जिन्हें भी इतने साढ़े दर्शक सारे का पहला तो धन्यवादी हाँ जी। तो मैं धन्यवादी हाँ इतने साढ़े जेडा सज्जना मित्र ने अज इस फिल्म लई काम किया सानू AMIT कॉलेज गुरमीत ढिल्लोंहोरा ने बहुत ज़्यादा सहयोग दिता तो इतने जगह दी तो असी मनप्रीत ढींसा सुखवंत सिंह जगदीप सारे जन ने बड़ी मेहनत की। तो सब तो बड़ी हैरानी अज हुई है भी पहली बार एडिलेड के इतिहास चो है भी एको दिन दो शो रखने पे मूवी के वो भी एक शॉर्ट मूवी दे क्योंकि बहुत सारे सज्जन मित्र चाहते सन देखना तो उन्नी कपैसिटी नहीं सी। सो एक बार फिर धन्यवाद आते दूजा धन्यवाद हैगा जी नवतेज संधु ते नाल राणा रणवीर होरां दा जिन्होंने एडा वधिया प्रोजैक्ट सानू दिता भी तुसी आस्ट्रेलिया दे विच इहनू लॉन्च करो जां इहदा स्क्रीनिंग करो। सो उन्हां लई धन्यवाद आ उन्हां नूं। पर नाल नाल असीं कहना चाहांगे भी असीं पिछले दिनां च जो सार्थक सिनेमे दे नां दे उत्ते कुछ एक अलूल जरूर ही कहूँगा मैं तां वो जी चीज़ा सानू देखने को मिली और ना हो जे अगे तो यह जे प्रोजेक्ट आने तो असी कोशिश करा अगले प्रोजेक्ट वेले तक भी इनू थोड़ा जा कमर्शियल भी कोई ना कोई हैल्प थोड़ी कर सकी कोई माली मदद भी दे सकी पर फिलहाल असी तो व्यू दे सकते जेडे हूँ तक तुम सुने। सो बहुत मेहरबानी।